ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇ ਜਿਹੜੀ ਚਰਚਾ ਕਰਾਂਗੇ, ਕਿਉਂਕਿ ਜਿਹੜੇ ਟਕਸਾਲੀ ਕਾਂਗਰਸੀ ਆਗੂ ਨੇ ਉਹ ਲਗਾਤਾਰ ਨਾਰਾਜ਼ ਚੱਲ ਰਹੇ ਸਨ, ਤਾਂ ਆਖਿਰਕਾਰ ਬੀਤੇ ਦਿਨੀ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ, ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਗਏ, ਯਾਨੀ ਕਿ ਟਕਸਾਲੀਆਂ ਦੇ ਵਿੱਚ ਗਏ, ਤਾਂ ਉਹਨਾਂ ਦੇ ਨਾਲ ਪਰਿਵਾਰ ਦੇ ਵਿੱਚ ਗੱਲਬਾਤ ਕੀਤੀ ਅਤੇ ਨਾਲ ਰੋਟੀ ਵੀ ਖਾਧੀ, ਤਾਂ ਆਖਿਰਕਾਰ ਜਿਹੜੀ ਦੂਰੀਆਂ ਨੇ ਉਹ ਨਾਰਾਜ਼ਗੀਆਂ ਨੇ ਕਿ ਦੂਰ ਹੋ ਸਕੀਆਂ ਨੇ, ਇਸ 'ਤੇ ਅਸੀਂ ਚਰਚਾ ਕਰਾਂਗੇ। ਹਰ ਵਾਰ ਦੀ ਤਰ੍ਹਾਂ ਸਾਡੇ ਵਿੱਚ ਮੇਰੇ ਸਹਿਯੋਗੀ ਜਿਹੜੇ ਗੁਰਮੁਖ ਸਿੰਘ ਰਬਾਲਾ ਨੇ ਉਹ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਬਾਲਾ ਜੀ ਕਹਿੰਦੇ ਚਾਹ ਵੀ ਪੀਤੀ, ਰੋਟੀ ਵੀ ਖਾਧੀ, ਕਿ ਦੂਰੀਆਂ ਦੂਰ ਹੋ ਗਈਆਂ ਟਕਸਾਲੀਆਂ ਤੇ ਕਿ ਨਹੀਂ? ਬਿਲਕੁਲ ਬਿਲਕੁਲ ਅਮਰਜੀਤ, ਜਿਹੜੀਆਂ ਟਕਸਾਲੀ ਤੇ ਕਾਂਗਰਸੀ ਦੀਆਂ ਜਿਹੜੀਆਂ ਉਮੀਦਵਾਰ ਜਿਹੜੇ ਹੈਗੇ ਨੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ, ਲਗਭਗ ਇਹ ਜਿਹੜੀਆਂ ਦੂਰੀਆਂ ਸੀ ਉਹ ਨੇੜੇ ਆਉਂਦੀਆਂ ਜਾ ਰਹੀਆਂ ਨੇ। ਸੋ ਜਿਹੜੀ ਗੱਲ ਹੁਣ ਕਰਦੇ ਆਪਾਂ ਕਿ 20 ਤਰੀਕ ਨੂੰ ਇੱਕ ਟਕਸਾਲੀਆਂ ਨੇ ਰਾਜਪੁਰਾ 'ਚ ਇੱਕ ਆਪਣੀ ਰੈਲੀ ਰੱਖੀ ਸੀ, ਉਹਦੇ 'ਚ ਜਿਹੜੇ ਸਮੁੱਚੇ ਵਰਕਰ ਸੀਗੇ ਇਸ ਪਟਿਆਲਾ ਅਤੇ ਖਾਸ ਕਰਕੇ ਸੰਗਰੂਰ ਤੋਂ ਵੀ ਉਹਦੇ ਵਿੱਚ ਸ਼ਾਮਿਲ ਹੋਣ ਦੀ ਉਮੀਦ ਸੀ। ਅਤੇ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਸੰਗਰੂਰ ਦੀ ਜੇਕਰ ਆਪਾਂ ਪਹਿਲਾਂ ਗੱਲ ਕਰੀਏ ਤਾਂ ਸੰਗਰੂਰ ਦੇ ਜਿਹੜੇ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ, ਉਹਨਾਂ ਨੇ ਆਪਣੇ ਜਿਹੜੇ ਰੁੱਸੇ ਹੋਏ ਸੀ ਉਹ ਮਨਾ ਲਏ, ਉਹਦੇ ਵਿੱਚ ਇੱਕ ਦਲਵੀਰ ਸਿੰਘ ਗੋਲਡੀ ਸੀ ਉਹਨੂੰ ਵੀ ਮਨਾ ਲਿਆ, ਉਹਨਾਂ ਨੇ ਜੱਫੀ ਪਾ ਲਈ ਅਤੇ ਉਹਨਾਂ ਨੇ ਉਹਦੇ ਹੱਕ ਦੇ ਵਿੱਚ ਜਿਹੜੀ ਬਿਆਨਬਾਜ਼ੀ ਆ ਉਹ ਵੀ ਕਰਤੀ। ਠੀਕ ਹੈ, ਉਹਨੇ ਵੀ ਕਹਿਤਾ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਵਧੀਆ ਉਮੀਦਵਾਰ ਨੇ ਤੇ ਇਹਨਾਂ ਨੂੰ ਵੋਟਾਂ ਪਾਓ। ਉਸ ਤੋਂ ਬਾਅਦ ਜਿਹੜੇ ਨਾਲ ਦੇ ਨਾਲ ਉਹਨਾਂ ਦੇ ਵਿਜੇਂਦਰ ਸਿੰਗਲਾ ਸੰਗਰੂਰ ਤੋਂ, ਜਿਹੜੇ ਸਾਬਕਾ ਐਮਪੀ ਵੀ ਰਹੇ ਨੇ, ਕੈਬਨਿਟ ਮੰਤਰੀ ਵੀ ਰਹੇ ਨੇ, ਉਹਨਾਂ ਦੀ ਜਿਹੜੀ ਪਟਿਆਲਾ ਰਹਿਸ਼ ਹੈ ਉੱਥੇ ਆਏ ਉਹ, ਤੁਸੀਂ ਆਪਾਂ ਦੇਖਿਆ ਕੱਲ ਆਏ ਸੀਗੇ, ਬਿਲਕੁਲ ਉਹਨਾਂ ਨੇ ਸਾਂਝੀਆਂ ਫੋਟੋਆਂ ਕੀਤੀਆਂ, ਜੱਫੀ ਵੀ ਪਾਈ ਆ ਤੇ ਉਹਨਾਂ ਨੇ ਸਾਰੀ ਜਿਹੜੀ ਉਹਨਾਂ ਦੀਆਂ ਦੂਰੀਆਂ ਨੇ ਉਹ ਖਤਮ ਹੋ ਗਈਆਂ ਤੇ ਉਹ ਅਕਸਰ ਉਹਨਾਂ ਦੇ ਨਾਲ ਚੱਲ ਪਏ ਨੇ। ਹੁਣ ਅਗਲੀ ਗੱਲ ਕਰਦੇ ਆ ਪਟਿਆਲਾ ਦੀ, ਕੱਲ ਸਵੇਰੇ ਕੱਲ ਪੂਰੇ ਦਿਨ ਚ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਦੋ ਚੱਕਰ ਲਾਏ ਪਟਿਆਲੇ। ਸਭ ਤੋਂ ਪਹਿਲਾਂ ਪਟਿਆਲੇ ਜਾਂਦੇ ਹੋ ਗਏ ਹਰਦਿਆਲ ਸਿੰਘ ਕੰਬੋਜ ਦੇ ਘਰ, ਬਿਲਕੁਲ ਲੰਚ ਕੀਤਾ ਉੱਥੇ, ਲੰਚ ਕਰਕੇ ਉਸ ਤੋਂ ਬਾਅਦ ਉਹ ਅੱਗੇ ਚਲੇ ਗਏ ਸੰਗਰੂਰ। ਸੰਗਰੂਰ ਤੋਂ ਵਾਪਸੀ ਆਉਂਦੇ ਹੋਏ ਉਹਨਾਂ ਨੇ ਦੇਰ ਸ਼ਾਮ ਜਿਹੜੇ ਸਾਬਕਾ ਮੰਤਰੀ ਲਾਲ ਸਿੰਘ ਚਾਲਾਕਾ ਪਸੰਦ ਆ ਗਿਆ, ਹਾਂ ਬਿਲਕੁਲ, ਉਹਨਾਂ ਦੇ ਨਾਲ ਡਿਨਰ ਕੀਤਾ ਸ਼ਾਮ ਦਾ, ਉਹਨਾਂ ਨੇ ਡਿਨਰ ਕਰਕੇ ਗਏ ਨੇ ਤੇ ਉੱਥੇ ਹਰਦਿਆਲ ਸਿੰਘ ਕੰਬੋਜ ਵੀ ਉੱਥੇ ਸੀਗੇ, ਕਾਕਾ ਰਜਿੰਦਰ ਸਿੰਘ ਜਿਹੜੇ ਸਾਬਕਾ ਵਿਧਾਇਕ ਉਹ ਵੀ ਉੱਥੇ ਸੀ, ਜਿਹੜੇ ਪਟਿਆਲਾ ਦੇ ਹਲਕਾ ਇੰਚਾਰਜ ਨੇ ਵਿਸ਼ਨੂੰ ਸ਼ਰਮਾ ਸਾਬਕਾ ਮੇਅਰ, ਯਾਨੀ ਕਿ ਜਿਹੜੇ ਸਾਰੇ ਰੁੱਸੇ ਪਏ ਸੀ ਸਾਰਿਆਂ ਨੂੰ, ਬਿਲਕੁਲ ਸਾਰੇ ਉੱਥੇ ਇਕੱਠੇ ਕਰਕੇ ਸਾਰਿਆਂ ਨੂੰ ਮਨਾ ਲਿਆ ਗਿਆ। ਪਰ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਗੱਲ ਪਤਾ ਲੱਗ ਰਿਹਾ ਹੈ ਕਿ ਜਿਹੜੀ 20 ਤਰੀਕ ਦੀ ਇਹਨਾਂ ਦੀ ਰੈਲੀ ਰੱਖੀ ਹੈ ਟਕਸਾਲੀਆਂ ਨੇ, ਦੇਖੋ ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜੀ ਰੈਲੀ ਉਹ ਹੋਏਗੀ, ਰੈਲੀ ਕੈਂਸਲ ਨਹੀਂ ਹੋਣ ਲੱਗੀ, ਕਿਉਂਕਿ ਹਰਦਿਆਲ ਸਿੰਘ ਕੰਬੋਜ ਤੇ ਜਿਹੜੇ ਲਾਲ ਸਿੰਘ ਨੇ ਉਹਨਾਂ ਨੇ ਇਹ ਗੱਲ ਕਿਹਾ ਕਿ ਸਾਡੀ ਨੱਕ ਦਾ ਸਵਾਲ ਹੈ, ਅਸੀਂ ਵਰਕਰਾਂ ਨੂੰ ਆਪਣੇ ਜਿਹੜੇ ਟਕਸਾਲੀ ਆ ਉਹਨੂੰ ਸੁਨੇਹਾ ਲਾ ਚੁੱਕੇ ਹਾਂ ਤੇ ਇਹ ਰੈਲੀ ਕੈਂਸਲ ਨਹੀਂ ਹੋਣੀ। ਠੀਕ ਹੈ, ਫਿਰ ਉਹਦਾ ਇੱਕ ਬਦਲ ਕੱਢਿਆ ਗਿਆ ਕਿ ਇਸ ਰੈਲੀ ਦਾ ਬਦਲ ਕੀ ਹੋਏਗਾ। ਦੇਖੋ ਪਹਿਲੀ ਗੱਲ ਤਾਂ ਰਾਜਾ ਵੜਿੰਗ ਇਸ ਗੱਲ ਤੇ ਅੜੇ ਹੋਏ ਸੀ, ਉਹਨਾਂ ਨੇ ਪਹਿਲਾਂ ਜਿਹੜੇ ਰਾਹੁਲ ਗਾਂਧੀ ਉਹਨਾਂ ਨਾਲ ਵੀ ਗੱਲਬਾਤ ਕਰਾਈ ਹਰਦਿਆਲ ਸਿੰਘ ਕੰਬੋਜ ਦੀ, ਲਾਲ ਸਿੰਘ ਦੀ, ਤਾਂ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਇਹ ਸਮਾਂ ਪਾਰਟੀ ਲਈ ਬੜਾ ਕਰੂਸ਼ੀਅਲ ਸਮਾਂ, ਬਿਲਕੁਲ ਠੀਕ ਹੈ, ਬੜੇ ਔਖਾ ਸਮਾਂ ਹੈਗਾ ਪਾਰਟੀ ਦੇ ਉੱਪਰ, ਕਿਉਂਕਿ ਬੇਸ਼ੱਕ ਲੀਡਰ ਛੱਡ ਕੇ ਜਾ ਰਹੇ ਆ, ਦੂਜੀ ਬੀਜੇਪੀ ਇੱਕ ਵੱਡੀ ਪਾਰਟੀ ਬਣਦੀ ਜਾ ਰਹੀ ਹੈ, ਇਸ ਕਰਕੇ ਉਹਦੇ ਨਾਲ ਜਿਹੜਾ ਮੁਕਾਬਲਾ ਕਰਨਾ ਤੇ ਕਈ ਸਮਝੌਤੇ ਕਰਨੇ ਪੈਂਦੇ ਨੇ, ਕਈ ਵਾਰ ਪਾਰਟੀ ਨੇ ਸਮਝੌਤੇ ਕਰਨੇ ਪੈਂਦੇ ਨੇ, ਕਈ ਵਾਰ ਅੰਦਰੂਨੀ ਤੌਰ ਤੇ ਵੱਡੇ ਸਮਝੌਤੇ ਕਰਨੇ ਪੈਂਦੇ ਨੇ, ਕੋਈ ਅਜਿਹੇ ਲੀਡਰ ਨੂੰ ਵੀ ਕਈ ਵਾਰ ਚੋਣ ਮੈਦਾਨ ਚ ਉਤਾਰਨਾ ਪੈ ਸਕਦਾ ਤੇ ਜਿਨ੍ਹਾਂ ਲਈ ਜਿਹੜੀ ਉੱਥੇ ਬੇਸ਼ੱਕ ਜਿੰਨੀ ਮਰਜ਼ੀ ਵੱਡੀ ਲੀਡਰਸ਼ਿਪ ਹੋਵੇ ਪਰ ਉਸ ਹਲਕੇ ਦੇ ਉੱਪਰੋਂ ਕਈ ਵਾਰ ਜਿਹੜਾ ਪੈਰਾਸ਼ੂਟ ਉਮੀਦਵਾਰ ਆ ਉਹ ਹਾਵੀ ਹੁੰਦਾ, ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਸਮਝੌਤਾ ਕਰਨਾ ਪਏਗਾ। ਤੇ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਆਪਾਂ ਗੱਲ ਕਰ ਲਈ ਹਰਦਿਆਲ ਸਿੰਘ ਕੰਬੋਜ ਨਾਲ, ਜਿਨ੍ਹਾਂ ਨੇ ਬਿਲਕੁਲ ਪਾਣਾ ਜੀ ਸਾਨੂੰ ਗੱਲ ਕਰਨੀ ਵੀ ਬਣਦੀ ਹੈ, ਕਿਉਂਕਿ ਜਿਨ੍ਹਾਂ ਵੱਲੋਂ ਇਕੱਠਾ ਰੱਖਿਆ ਗਿਆ, ਕਿਉਂਕਿ ਕੱਲ ਜਿਹੜੀਆਂ ਫੋਟੋਆਂ ਜਿਹੜੀਆਂ ਨੇ ਉਹ ਵਾਇਰਲ ਹੋਈਆਂ ਜਿਹਦੇ ਵਿੱਚ ਰਾਜਾ ਵੜਿੰਗ ਜਿਹੜੇ ਨੇ ਉਹ ਉਸ ਨਾਰਾਜ਼ ਆਗੂਆਂ ਦੇ ਨਾਲ ਜਿਹੜਾ ਡਿਨਰ ਕਰਦੇ ਜਾਂ ਚਾਹ ਪੀਂਦੇ ਨਜ਼ਰ ਆ ਰਹੇ ਨੇ, ਤਾਂ ਸਭ ਤੋਂ ਪਹਿਲਾਂ ਅਸੀਂ ਜਿਨ੍ਹਾਂ ਵੱਲੋਂ ਇਕੱਠ ਰੱਖਿਆ ਗਿਆ ਹਰਦਿਆਲ ਕੰਬੋਜ ਜੀ, ਜੋ ਕਿ ਰਾਜਪੁਰਾ ਤੋਂ ਸਾਬਕਾ ਵਿਧਾਇਕ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਬਕਾ MLA ਹਰਦਿਆਲ ਸਿੰਘ ਕੰਬੋਜ ਜੋ ਰਾਜਪੁਰੇ ਵਿਖੇ ਜਿਹੜਾ 20 ਤਰੀਕ ਨੂੰ ਇਕੱਠ ਰੱਖਿਆ ਗਿਆ, ਸਰ ਕੀ ਤਰੀਕ ਹੈ ਜਿਹੜਾ 20 ਤਰੀਕ ਦਾ ਕੀ ਪ੍ਰੋਗਰਾਮ ਲਿਖਿਆ ਗਿਆ?
30 ਤਰੀਕ ਜੀ ਸਾਡਾ ਜਿਹੜਾ ਪ੍ਰੋਗਰਾਮ ਆਲਰੇਡੀ ਤੈਅ ਹੋਇਆ ਵਾ ਕਿ ਅਸੀਂ ਪੂਰੀ ਪਾਰਲੀਮੈਂਟ ਹਲਕੇ ਦੇ ਵਿੱਚੋਂ ਜਿਹੜੇ ਵਰਕਰ ਹੈਗੇ ਉਹ ਸਾਰੇ ਆ ਰਹੇ ਹੈਗੇ ਆ ਜੀ, ਹੈ ਜੀ। ਤੇ ਉਹਦੇ ਲਈ ਅਸੀਂ ਜਿਹੜਾ ਮਹਿਫਲ ਜਿਹੜਾ ਪੈਲਸ ਰਾਜਪੁਰਾ ਦੇ ਅੰਦਰ ਜਿਹੜਾ ਕੱਟ ਰੱਖਿਆ, ਬਹੁਤ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਜਿਹੜਾ ਗੈਦਰਿੰਗ ਜਿਹੜੀ ਹੈਗੀ ਆ ਹੋ ਰਹੀ ਆ ਵਰਕਰਸ ਦੀ। ਠੀਕ ਹੈ ਜੀ। ਤੇ ਸਰ ਜਿਸ ਤਰ੍ਹਾਂ ਕੱਲ ਕੀ ਗੱਲ ਕੀਤੀ ਜਾਵੇ ਤਾਂ ਕੱਲ ਰਾਜਾ ਫੜਿੰਗ ਜਿਹੜੇ ਨੇ ਉਹ ਮਨਾਉਣ ਵਾਸਤੇ ਪਹੁੰਚੇ ਸੀ, ਤਾਂ ਉਸ ਤੋਂ ਬਾਅਦ ਕੀ ਲੱਗਦਾ ਕਿ ਗੱਲ ਸਿਰ ਚੜੀ ਆ ਕੋਈ ਵੀ ਕੋਸ਼ਿਸ਼ ਕੀਤੀ ਗਈ ਮਨਾਉਣ ਦੀ, ਜਾਂ ਫਿਰ ਰਾਜਾ ਫੜਿੰਗ ਨੂੰ ਪਤਾ ਲੱਗਿਆ ਵੀ ਉਹ ਉਸ ਮੀਟਿੰਗ ਦੇ ਵਿੱਚ ਹੀ ਪਹੁੰਚਣਗੇ? ਦੇਖੋ ਰਾਜਾ ਫੜਿੰਗ ਜੀ ਆਏ ਸੀ, ਮੇਰੇ ਨਾਲ ਬੜਾ ਪਿਆਰ ਆ ਉਹਨਾਂ ਦਾ, ਧਾਰ ਆ ਉਹਨਾਂ ਦਾ, ਪਹਿਲਾਂ ਵੀ ਅਕਸਰ ਵੀ ਉਹ ਆਉਂਦੇ ਰਹਿੰਦੇ ਹੈਗੇ ਆ, ਤੇ ਕੱਲ ਵੀ ਉਹ ਆਏ ਸੀ, ਅਸੀਂ ਇਕੱਠਿਆਂ ਨੇ ਨਾਸ਼ਤਾ ਕੀਤਾ ਸੀ, ਕਾਫੀ ਜਣੇ ਸੀਗੇ 7-8 ਜਣੇ, ਤੇ ਅਸੀਂ ਬੈਠ ਕੇ 2 ਘੰਟੇ ਉਹਨਾਂ ਦੇ ਨਾਲ ਲਾਏ ਹੈਗੇ ਆ, ਸਾਰੀ ਜਿਹੜੀ ਡਿਸਕਸ ਹੋਈ ਹੈਗੀ ਆ। ਉਹ ਤੋਂ ਬਾਅਦ ਵੀ ਜਿਹੜੀ ਰਾਹੁਲ ਜੀ ਨਾਲ ਵੀ ਸਾਡੀ ਗੱਲ ਹੋਈ ਆ, ਤੇ ਬਾਕੀ ਜਿਹੜਾ ਹੈਗਾ 20 ਤਰੀਕ ਦਾ ਪ੍ਰੋਗਰਾਮ, ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆ ਜਾਓ, ਵਰਕਰਾਂ ਦੀ ਗੱਲ ਸੁਣੋ ਤੁਸੀਂ, ਤੇ ਗੱਲਬਾਤ ਕਰੂੰਗਾ ਕਿ ਏਦਾਂ ਦੀ ਉਮੀਦ ਹੈਗੀ ਆ ਵੀ ਟਿਕਟ ਜਿਹੜੀ ਆ ਚੇਂਜ ਵੀ ਹੋ ਸਕਦੀ ਹੈ, ਕੋਈ ਏਦਾਂ ਦੀ ਵੀ ਉਮੀਦ ਹੈਗੀ ਆ? ਕੋਈ ਗੱਲ ਹੈਗੀ ਆ ਵੀ ਅਸੀਂ ਜਿਹੜੀ ਰਿਜੈਂਟਮੈਂਟ ਹੈਗੀ ਆ ਵਰਕਰਸ ਦੀ, ਉਹਨਾਂ ਦੇ ਸਾਰੀ ਕੁਝ ਸਾਹਮਣੇ ਦੱਸਦੀ, ਕਿਉਂਕਿ ਲੜਾਈ ਸਾਡੀ ਬਹੁਤ ਔਖੀ ਆ। ਇੱਕ ਪਾਸੇ ਤਾਂ ਸੈਂਟਰ ਸਰਕਾਰ ਨਾਲ ਆ, ਦੂਜੇ ਪਾਸੇ ਪੰਜਾਬ ਸਰਕਾਰ ਨਾਲ ਆ। ਪਿਛਲੇ 2 ਸਾਲ ਤੋਂ ਇਸ ਜ਼ਿਲ੍ਹੇ ਦੇ 200 ਜਿਹੜੇ ਵਰਕਰਾਂ ਦੇ ਜਿਹੜੇ ਪਰਚੇ ਦਰਜ ਹੋ ਰਹੇ ਆ ਉਹ ਸਾਡੇ ਧਿਆਨ ਦੇ ਵਿੱਚ ਹੈਗੇ ਆ, ਅਸੀਂ ਸਾਰਾ ਕੁਝ ਦੱਸਿਆ ਹੋਇਆ ਉਹਨਾਂ ਨੂੰ ਜੀ, ਤੇ ਉਹ ਸਾਰਾ ਕੁਝ ਦੱਸਣ ਕਿ ਅਸੀਂ ਜਿਹੜਾ ਹੈਗਾ ਉਹਨਾਂ ਨੇ ਵੀ ਮਤਲਬ ਕਿ ਜਿਹੜੀ ਹੈਗੀ ਆ ਸੈਂਟਰਲ ਹਾਈਕਮਾਂਡ ਦੇ ਧਿਆਨ ਚ ਲਿਆਂਦੀ ਆ। ਉਹ ਤੋਂ ਬਾਅਦ ਹੀ ਸਾਡੀ ਰਾਹੁਲ ਗਾਂਧੀ ਜੀ ਦੇ ਨਾਲ ਗੱਲ ਹੋਈ ਆ। ਡਾਕਟਰ ਗਾਂਧੀ ਵੀ ਆਣਗੇ ਕਿ ਉਹ ਮੀਟਿੰਗ ਦੇ ਵਿੱਚ? ਕੋਈ ਹੈਗਾ ਉਮੀਦ ਹੈਗੀ ਆ ਕੋਈ ਡਾਕਟਰ ਗਾਂਧੀ ਸੱਦਾ? ਨਹੀਂ ਮੈਨੂੰ ਲੱਗਦਾ ਰਾਜਾ ਫੜਿੰਗ ਨਹੀਂ ਆ ਰਹੇ। ਠੀਕ ਹੈ, ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਸੋ ਬਿਲਕੁਲ ਰੁਪਾਣਾ ਜੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆਵੇ, ਆਪਾਂ ਹਰਦਿਆਲ ਕੰਬੋਜ ਨਾਲ ਗੱਲਬਾਤ ਕੀਤੀ ਆ, ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਜਿਹੜਾ ਦੇਖੋ ਉਹਨਾਂ ਦੇ ਗੱਲਾਂ ਤੋਂ ਹਰਦਿਆਲ ਕੰਬੋਜ ਜੀ ਤੋਂ ਗੱਲਾਂ ਪਤਾ ਲੱਗ ਰਿਹਾ ਸੀ ਕਿ ਉਹਨਾਂ ਦਾ ਸਮਝੌਤਾ ਹੋ ਗਿਆ, ਉਹ ਮੰਨ ਗਏ ਨੇ। ਠੀਕ ਹੈ, ਜਿਹੜਾ ਰੁੱਸੇ ਰਸਾਉਣ ਵਾਲਾ ਦੇਖੋ ਹਰ ਪਾਰਟੀ ਚੱਲਦਾ, ਜਿਹੜੇ ਲੀਡਰ ਨੇ ਉਹ ਰੁੱਸ ਜਾਂਦੇ ਨੇ ਬਿਲਕੁਲ, ਤੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਕਿਸੇ ਸਟੇਜ ਜਾ ਕੇ ਮੰਨਣਾ ਪੈਂਦਾ। ਹਾਈ ਕਮਾਂਡ ਨਾਲ ਵੀ ਗੱਲ ਕਰਾਈ ਹੈ, ਰਾਹੁਲ ਗਾਂਧੀ ਨਾਲ ਵੀ ਗੱਲ ਕਰਾਈ ਹੈ, ਤੇ ਰਾਜਾ ਫੜਿੰਗ ਸਪੈਸ਼ਲ ਕਰਕੇ ਉਹਨਾਂ ਦੇ ਘਰ ਆਏ ਨੇ। ਠੀਕ ਹੈ, ਉਹਨੇ ਕਿਹਾ ਵੀ ਗੈਰ ਬਾਲਾ ਜੀ ਵੀ ਕੀ ਨਾਮ ਆ, ਰਾਜਾ ਫੜਿੰਗ ਜਿਹੜੇ ਨੇ ਸਾਡੀ ਮੀਟਿੰਗ ਦਾ ਹਿੱਸਾ ਬਣ ਸਕਦੇ ਨੇ। ਕੱਲ ਅਸੀਂ ਵਿਸ਼ੇਸ਼ ਤੌਰ ਤੇ ਉਹਨੂੰ ਇਹ ਗੱਲ ਕਹੀ ਆ ਵੀ ਤੁਸੀਂ ਵੀ ਜਿਹੜਾ ਮੀਟਿੰਗ ਦੇ ਵਿੱਚ ਆਓ ਤੇ ਜਿਹੜਾ ਟਕਸਾਲੀ ਇਹ ਜਿਹੜੀ ਮੀਟਿੰਗ ਬੁਲਾਈ ਸੀ, ਦੇਖੋ ਦੋਨੋਂ ਧਿਰਾਂ ਆੜੀਆਂ ਹੋਈਆਂ ਸੀ। ਜਿਹੜੀ ਕਾਂਗਰਸ ਪਾਰਟੀ ਹੈ ਉਹ ਇਸ ਗੱਲ ਤੇ ਅੜੀ ਸੀ ਕਿ ਤੁਸੀਂ ਆਪਣੀ ਰੈਲੀ ਹੈ ਜਿਹੜੀ ਉਹਨੂੰ ਕੈਂਸਲ ਕਰੋ, ਉਹਨੂੰ ਰੱਦ ਕਰੋ, ਤੇ ਉਸ ਤੋਂ ਬਾਅਦ ਜਿਹੜੇ ਟਕਸਾਲੀ ਨੇ ਉਹ ਇਸ ਗੱਲ ਤੇ ਅੜੇ ਹੋਏ ਸੀ ਕਿ ਅਸੀਂ ਆਪਣੀ ਜਿਹੜੀ ਰੈਲੀ ਉਹ ਰੱਦ ਨਹੀਂ ਕਰ ਸਕਦੇ। ਠੀਕ ਹੈ, ਸਾਡਾ ਵੀ ਇੱਕ ਸਵਾਲ ਹੈਗਾ ਤੇ ਅਸੀਂ ਵਰਕਰਾਂ ਕੱਲ ਨੂੰ ਮੂੰਹ ਦਿਖਾਉਣਾ, ਇਸ ਕਰਕੇ ਇਹਦਾ ਹੱਲ ਇਹੀ ਹੈ ਕਿ ਤੁਸੀਂ ਰੈਲੀ ਰੱਖੋ, ਵੱਡਾ ਇਕੱਠ ਕਰੋ, ਤੇ ਇਸ ਰੈਲੀ ਨੂੰ ਟਕਸਾਲੀਆਂ ਦੀ ਬਜਾਏ ਬਿਲਕੁਲ ਜਿਹੜੇ ਕਾਂਗਰਸ ਦੀ ਰੈਲੀ ਆ ਜਿਹੜੀ ਉਹਦਾ ਇੱਕ ਰੂਪ ਦੇ ਦਿਓ। ਰੂਪ ਕਿਵੇਂ ਆਏਗਾ ਉੱਥੇ ਜਦੋਂ ਪੰਜਾਬ ਦੇ ਪ੍ਰਧਾਨ ਜਾਣਗੇ ਰੈਲੀ ਦੇ, ਪੰਜਾਬ ਪ੍ਰਧਾਨ ਚਲੇ ਗਏ ਤਾਂ ਸਮਝੋ ਰੈਲੀ ਕਾਂਗਰਸ ਦੀ ਹੋ ਗਈ। ਕਿਰਪਾਨੀ ਮੇਰਾ ਸਵਾਲ ਸੀ ਕੀ ਨਾਮ ਆ, ਜੇਕਰ ਗੱਲ ਕੀਤੀ ਜਾਵੇ, ਜੇਕਰ ਰਾਜਾ ਫੜਿੰਗ ਉੱਥੇ ਪਹੁੰਚਦੇ ਨੇ ਕਿ ਤੁਹਾਨੂੰ ਲੱਗਦਾ ਜਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਵਿਸ਼ੇਸ਼ ਤੌਰ ਤੇ ਡਾਕਟਰ ਗਾਂਧੀ, ਕਿ ਉਹ ਉੱਥੇ ਪਹੁੰਚਣਗੇ, ਜਾਂ ਕੀ ਲੱਗਦਾ ਕਿ ਤੁਹਾਨੂੰ ਕਿ ਉਹਨਾਂ ਨੂੰ ਉਸ ਤੋਂ ਬਾਅਦ ਬੁਲਾਇਆ ਜਾਵੇਗਾ ਜੇਕਰ ਪ੍ਰਧਾਨ ਆਉਂਦੇ ਨੇ ਤਾਂ ਉਮੀਦਵਾਰ ਵੀ ਜਿਹੜਾ ਉੱਥੇ ਆਉਂਦੇ ਨੇ? ਦੇਖੋ ਅਮਰਜੀਤ ਜੀ, ਗੱਲ ਕਲੀਅਰ ਹੈ ਕਿ ਜੇਕਰ ਡਾਕਟਰ ਗਾਂਧੀ ਜੇਕਰ ਰਾਜਾ ਫੜਿੰਗ ਆਉਂਦੇ ਨੇ ਤਾਂ ਉਹ ਇੱਕ ਤਾਂ ਹੀ ਆਣਗੇ ਨਾ ਜੇ ਉਹ ਮੰਨਗੇ, ਜੇ ਹਰਦਿਆਲ ਕੰਬੋਜ ਦੀ, ਲਾਲ ਸਿੰਘ ਦੇ ਟਕਸਾਲੀ ਲੀਡਰ ਨੇ, ਜੇਕਰ ਅਗਰ ਉਹ ਮੰਨਗੇ ਵੀ ਹਾਂ ਠੀਕ ਹੈ ਤੁਸੀਂ ਆਓ ਤੇ ਅਸੀਂ ਨੂੰ ਕਾਂਗਰਸ ਦੀ ਰੈਲੀ ਕਨਵਰਟ ਕਰ ਦਿੰਦੇ ਹਾਂ, ਟਕਸਾਲੀਆਂ ਨੂੰ ਜਿਹੜੀ ਵਿਰੋਧ ਦੀ ਰੈਲੀ ਕੀਤੀ ਹੈ, ਤਾਂ ਉਹਦੇ ਵਿੱਚ ਜੇਕਰ ਉਮੀਦਵਾਰ ਆ ਜਾਂਦੇ ਨੇ
ਤਾਂ ਉਹਦਾ ਦੇਖੋ ਸੁਭਾਵਿਕ ਆਉਣਾ ਹੀ ਆਉਣਾ, ਅਗਰ ਉਮੀਦਵਾਰ ਨਹੀਂ ਆਉਣਗੇ ਤਾਂ ਫਿਰ ਵੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣੇਗੀ। ਬਿਲਕੁਲ, ਇਸ ਕਰਕੇ ਉੱਥੇ ਡਾਕਟਰ ਗਾਂਧੀ ਵੀ ਆਉਣਗੇ ਤਾਂ ਉੱਥੇ ਰਾਜਾ ਬਣੇਗੀ। ਮੈਨੂੰ ਲੱਗਾ ਜਿਹੜੇ ਉਹਨਾਂ ਦੇ ਸਾਥੀ ਨੇ, ਜਿਹੜੇ ਉਹਨਾਂ ਦੇ ਨਾਲ ਰਹਿ ਰਹੇ ਨੇ ਸਪੋਕਸਪਰਸਨ ਨੇ ਕਾਂਗਰਸ ਦੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਵੀ ਬਾਕੀ ਵੀ ਡਾਕਟਰ ਗਾਂਧੀ ਜਿਹੜੇ ਨੇ ਉਮੀਦਵਾਰ ਨੇ ਉਹ ਉੱਥੇ ਪਹੁੰਚਣਗੇ ਜਾਂ ਨਹੀਂ, ਉਹਨਾਂ ਨਾਲ ਗੱਲ ਕਰ ਲਈ ਆਪਾਂ ਨਾਲ ਸ਼ੋਰ ਹੋ ਜੂਗਾ, ਨਾਲੇ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਡਾਕਟਰ ਗਾਂਧੀ ਸਾਹਿਬ ਉੱਥੇ ਆ ਰਹੇ ਕਿ ਨਹੀਂ ਆ ਰਹੇ। ਸੋ ਅਸੀਂ ਬਿਲਕੁਲ ਜਿਹੜੇ ਗੌਰਵ ਸੰਧੂ ਜੀ ਨੇ ਜੋ ਸਪੋਕਸਪਰਸਨ ਨੇ ਕਾਂਗਰਸ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਉਹ ਹੁਣ ਜਿਹੜਾ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਉਹ ਲੰਬੇ ਸਮੇਂ ਤੋਂ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ, ਪਰ ਇਸ ਸਮੇਂ ਜਿਹੜਾ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਲ ਜਿਹੜਾ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਵਾਕਈ ਵੀ ਇਸ ਰੈਲੀ ਦੇ ਵਿੱਚ ਡਾਕਟਰ ਗਾਂਧੀ ਪਹੁੰਚਣਗੇ ਜਾਂ ਨਹੀਂ। ਫੋਨ 'ਤੇ ਗੱਲਬਾਤ ਕਰਦੇ ਹਾਂ, ਪਾਰਟੀ ਦੇ ਸਪੋਕਸਪਰਸਨ ਨੇ ਗੌਰਵ ਸੰਧੂ ਜੀ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬੋਲਦਾ ਪੰਜਾਬ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਅਮਰਜੀਤ ਜੀ। ਸਰ, ਜਿਸ ਤਰ੍ਹਾਂ ਗੱਲ ਕੀਤੀ ਜਾਵੇ ਜਿਹੜੇ ਟਕਸਾਲੀ ਕਾਂਗਰਸੀ ਨੇ ਉਹ ਰੁੱਸੇ ਪਏ ਸੀ, ਤਾਂ ਉਹਨਾਂ ਨੂੰ ਮਨਾਉਣ ਦੀ ਜਿਹੜੀ ਕਵਾਇਤ ਆ ਉਹ ਲਗਾਤਾਰ ਚੱਲ ਰਹੀ ਹੈ, 20 ਤਰੀਕ ਦਾ ਇਕੱਠ ਰੱਖਿਆ ਗਿਆ, ਕੀ ਤੁਹਾਨੂੰ ਲੱਗਦਾ ਕਿ ਹਾਈ ਕਮਾਂਡ ਉਹਨੂੰ ਮਨਾ ਪਾਵੇਗੀ? ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ, ਕਿਉਂਕਿ ਤੁਸੀਂ ਵੀ ਜਿਹੜਾ ਡਾਕਟਰ ਗਾਂਧੀ ਦੇ ਨਾਲ ਜਿਹੜਾ ਲਗਾਤਾਰ ਪ੍ਰਚਾਰ ਕਰ ਰਹੇ ਹੋ, ਜਿਹੜਾ ਪ੍ਰਚਾਰ ਦੇ ਵਿੱਚ ਜੁਟੇ ਹੋਏ ਹੋ? ਹਾਂਜੀ ਹਾਂਜੀ, ਬਿਲਕੁਲ, ਐਸੀ ਕੋਈ ਦਿੱਕਤ ਨਹੀਂ। ਟਿਕਟ ਜਿਹੜਾ ਅਪਲਾਈ ਕਰਨ ਦਾ ਹਰ ਕਿਸੇ ਦਾ ਹੱਕ ਹੈ, ਡੈਮੋਕ੍ਰੈਟਿਕ ਹੱਕ ਹੈ ਸਾਡਾ। ਅਸੀਂ ਕੋਈ ਵੀ ਜਿਹੜਾ ਕਾਂਗਰਸ ਦਾ ਵਰਕਰ ਹੈ, ਉਹ MLA, MP, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ ਦੀ ਕੋਈ ਵੀ ਟਿਕਟ ਅਪਲਾਈ ਕਰ ਸਕਦਾ, ਤੇ ਟਿਕਟ ਇੱਕ ਨੂੰ ਹੀ ਮਿਲਣੀ ਹੁੰਦੀ ਹੈ। ਸੋ ਡਾਕਟਰ ਗਾਂਧੀ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ, ਜਿਹੜੇ ਮਾੜੇ ਮੋਟੇ ਰੋਸੇ ਨੇ ਉਹ ਦੂਰ ਕਰ ਲਏ ਜਾਣਗੇ, ਕਰ ਲਏ ਗਏ ਨੇ। ਕੱਲ ਰਾਜਾ ਵੜਿੰਗ ਜੀ ਵੀ, ਸਰਦਾਰ ਲਾਲ ਸਿੰਘ ਜੀ, ਹਰਦਿਆਲ ਕਪੂਰ ਜੀ ਤੇ ਜਲਾਲਪੁਰ ਜੀ, ਇਹਨਾਂ ਸਾਰਿਆਂ ਨਾਲ ਮੀਟਿੰਗ ਕਰਕੇ ਗਏ ਹੈ ਤੇ ਸੁਖਾਵਾਂ ਮਾਹੌਲ ਹੈ। ਪਾਰਟੀ ਦੀ ਸਪੋਰਟ ਕਰਨਗੇ, ਪਾਰਟੀ ਦੇ ਹੱਕ ਦੀ ਰੈਲੀ ਰੱਖੀ ਗਈ ਹੈ, ਤੇ ਅਸੀਂ ਆਸ ਕਰਦੇ ਹਾਂ ਵੀ ਕਾਂਗਰਸ ਸਾਰੀ ਇਕਜੁੱਟ ਹੋ ਕੇ ਡਾਕਟਰ ਗਾਂਧੀ ਨੂੰ ਜਿਤਾਏਗੀ ਤੇ ਪਾਰਲੀਮੈਂਟ ਚ ਭੇਜੇਗੀ। ਕੋਈ ਇਸ ਤਰ੍ਹਾਂ ਦਾ ਵੀ ਹੈ ਜਿਹੜਾ ਕੱਲ ਇਕੱਠ ਰੱਖਿਆ ਗਿਆ, ਜਿਹਦੇ ਵਿੱਚ ਸਾਡੀ ਹੁਣ ਥੋੜ੍ਹੀ ਦੇਰ ਪਹਿਲਾਂ ਗੱਲ ਹੋਈ ਸੀ, ਜਲਾਲਪੁਰ ਸਾਹਿਬ ਕਹਿੰਦੇ ਵੀ ਹੋ ਸਕਦਾ ਵੀ ਰਾਜਾ ਵੜਿੰਗ ਵੀ ਜਿਹੜੇ ਨੇ ਆ ਸਕਦੇ ਨੇ, ਹਰਦਿਆਲ ਕੰਬੋਜ ਨਾਲ ਵੀ ਗੱਲਬਾਤ ਹੋਈ ਹੈ, ਤਾਂ ਉਹ ਵੀ ਕਹਿੰਦੇ ਆ ਵੀ ਜਿਹੜੇ ਨੇ ਰਾਜਾ ਵੜਿੰਗ ਜੀ ਆ ਸਕਦੇ ਨੇ, ਕਿ ਡਾਕਟਰ ਗਾਂਧੀ ਵੀ ਜਿਹੜਾ ਉਸਦਾ ਹਿੱਸਾ ਬਣਨਗੇ? ਲੱਗਦਾ ਕਿ ਪਾਰਟੀ ਦਾ ਜਿਸ ਤਰ੍ਹਾਂ ਕੱਲ ਇਕੱਠ ਰੱਖਿਆ ਗਿਆ ਉਹ ਬਿਲਕੁਲ ਬਿਲਕੁਲ ਜੀ ਬਿਲਕੁਲ, ਕਾਂਗਰਸ ਪਾਰਟੀ ਦੀ ਰੈਲੀ ਹੈ ਤੇ ਸਾਡੇ ਜਿਹੜੇ ਬਹੁਤ ਸਤਿਕਾਰਯੋਗ ਲੀਡਰ ਸਾਹਿਬਾਨ ਨੇ, ਜਿਨ੍ਹਾਂ ਨੇ ਲੰਮਾ ਸਮਾਂ ਪਾਰਟੀ ਦੀ ਸੇਵਾ ਕਰਦਿਆਂ ਨੂੰ ਹੋ ਗਿਆ, ਤੇ ਸੁਭਾਵਿਕ ਹੈ ਉਹ ਇਕੱਠ ਰੱਖਦੇ ਆ ਤਾਂ ਉੱਥੇ ਪਾਰਟੀ ਦਾ ਹਰ ਨੁਮਾਇੰਦਾ ਪਹੁੰਚੇਗਾ, ਉਮੀਦਵਾਰ ਪਹੁੰਚੇਗਾ, ਪ੍ਰਧਾਨ ਜੀ ਆਉਣਗੇ। ਸੋ ਇਹਦੇ ਚ ਕੋਈ ਵੀ ਕਿੰਤੂ ਪਰੰਤੂ ਨਹੀਂ, ਤੇ ਅਸੀਂ ਵੱਧ ਚੜ ਕੇ ਆਪਣੀ ਪਾਰਟੀ ਦੇ ਨਾਲ ਖੜੇ ਆ, ਡਾਕਟਰ ਗਾਂਧੀ ਦੇ ਨਾਲ ਖੜੇ ਆ। ਡਾਕਟਰ ਗਾਂਧੀ ਵੀ ਇਸ ਜਿਹੜਾ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ, ਕੋਈ ਹੈ ਇਦਾਂ ਦਾ ਕੋਈ ਗੱਲਬਾਤ ਹੋਈ ਤੁਹਾਡੀ ਕੋਈ? ਹਾਂ ਬਿਲਕੁਲ ਬਿਲਕੁਲ ਜੀ, ਆਪਣਾ ਪ੍ਰਧਾਨ ਜੀ ਨਾਲ ਗੱਲ ਕਰਕੇ, ਰਾਜਾ ਵੜਿੰਗ ਜੀ ਨਾਲ, ਪ੍ਰਤਾਪ ਬਾਜਵਾ ਜੀ ਨਾਲ, ਤੇ ਸਾਰਿਆਂ ਦੀ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਹੈ। ਸੋ ਮੀਟਿੰਗ ਤੋਂ ਬਾਅਦ ਫਿਰ ਨਿਰਣਾ ਨਿਕਲੇਗਾ, ਪਰ ਉਹ ਜਿਹੜੀ ਮੈਂ ਫਿਰ ਦੱਸ ਦੇਵਾਂ ਵੀ ਇਹ ਜਿਹੜੀ ਰੈਲੀ ਰੱਖੀ ਗਈ ਹੈ 20 ਤਰੀਕ ਦੀ, ਇਹ ਕਾਂਗਰਸ ਵਰਕਰ ਦੀ ਰੈਲੀ ਹੈ ਤੇ ਕਾਂਗਰਸ ਦੇ ਲੀਡਰਸ ਨੇ ਰੱਖੀ ਹੈ, ਸੋ ਐਸੀ ਕੋਈ ਗੱਲ ਨਹੀਂ। ਠੀਕ ਹੈ, ਥੈਂਕ ਯੂ। ਸੋ ਬਿਲਕੁਲ ਰੁਪਾਣਾ ਜੀ, ਆਪਾਂ ਗੱਲਬਾਤ ਵੀ ਕੀਤੀ ਹੈ ਸਪੋਕਸਪਰਸਨ ਦੇ ਨਾਲ, ਤੇ ਉਹਨਾਂ ਨੇ ਕਿਹਾ ਸਿੱਧੇ ਤੌਰ ਤੇ ਵੀ ਜਿਹੜੀ ਰੈਲੀ ਆ ਉਹ ਕਾਂਗਰਸ ਦੀ ਰੱਖੀ ਗਈ ਹੈ। ਬਿਲਕੁਲ, ਦੇਖੋ ਆਪਾਂ ਪਹਿਲੇ ਗੱਲ ਕਰਕੇ ਹਟੇ ਆ ਕਿ ਜਿਹੜੇ ਡਾਕਟਰ ਗਾਂਧੀ ਹੈ ਉਹਨਾਂ ਦਾ ਜਾਣਾ ਬਣਦਾ, ਅਗਰ ਨਹੀਂ ਜਾਣਗੇ ਉਹ ਵੀ ਇੱਕ ਵੱਡੀ ਚਰਚਾ ਦਾ ਵਿਸ਼ਾ ਬਣੇਗੀ ਕਿ ਰੈਲੀ ਦੇ ਵਿੱਚ ਪੰਜਾਬ ਪ੍ਰਧਾਨ ਤਾਂ ਆ ਗਏ, ਕਿਉਂਕਿ ਜਿਹੜੇ ਜਿੱਥੇ ਰੈਲੀ ਰੱਖੀ ਹੈ ਨਾ ਉਹਦੇ ਹਲਕੇ 'ਚ ਪੈਂਦੀ ਹੈ, ਰਾਜਪੁਰਾ ਜਿਹੜਾ ਹੈਗਾ ਉਹ ਲੋਕ ਸਭਾ ਹਲਕਾ ਪਟਿਆਲਾ 'ਚ ਹੀ ਪੈਂਦਾ, ਇਸ ਕਰਕੇ ਅਗਰ ਉਹ ਰੈਲੀ ਦੇ ਵਿੱਚ ਨਹੀਂ ਆਣਗੇ ਤਾਂ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣੇਗਾ, ਉਨੀ ਚਰਚਾ ਪਹਿਲਾਂ ਟਕਸਾਲੀਆਂ ਦੀ ਨਹੀਂ ਹੋਈ ਹੋਣੀ ਜਿੰਨੀ ਚਰਚਾ ਰੈਲੀ ਦੀ ਹੋ ਜਾਏਗੀ, ਇਸ ਕਰਕੇ ਉਹ ਵੀ ਜਾਣਗੇ ਤੇ ਇਹ ਜਿਹੜੀ ਰੈਲੀ ਆ ਉਹ ਟਕਸਾਲੀਆਂ ਦੀ, ਇਸ ਨੂੰ ਕਾਂਗਰਸ ਦਾ ਰੂਪ ਦਿੱਤਾ ਜਾਏਗਾ ਤੇ ਕਾਂਗਰਸ ਦੀ ਰੈਲੀ ਹੈ ਜਿਹੜੀ ਜਾਣ ਕੇ ਸਿੱਧੇ ਤੌਰ ਤੇ ਕਹੀਏ ਡਾਕਟਰ ਗਾਂਧੀ ਨੂੰ ਇਸ ਚੀਜ਼ ਦੀ ਰੈਲੀ ਦਾ ਫਾਇਦਾ ਹੋ ਸਕਦਾ। ਬਿਲਕੁਲ ਬਿਲਕੁਲ, ਵੱਡਾ ਫਾਇਦਾ ਹੋ ਗਿਆ ਕਾਂਗਰਸ ਪਾਰਟੀ। ਬਿਲਕੁਲ ਜੀ ਰੁਪਾਲਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਬਿਲਕੁਲ, ਅੱਜ ਜਿਹੜਾ ਸਾਡਾ ਬੋਲਦਾ ਪੰਜਾਬ ਦਾ ਵਿਸ਼ਾ ਸੀ ਕਿ ਜਿਹੜੇ ਨਾਰਾਜ਼ ਟਕਸਾਲੀ ਕਾਂਗਰਸੀ ਆਗੂ ਨੇ ਕਿ ਇੱਕ ਮੰਚ ਦੇ ਉੱਪਰ ਇਕੱਠੇ ਹੋਣਗੇ,
ਕੀ 20 ਤਰੀਕ ਨੂੰ ਰਾਜਾ ਵੜਿੰਗ ਉੱਥੇ ਪਹੁੰਚਣਗੇ ਜਾਂ ਫਿਰ ਜਿਹੜੇ ਉਮੀਦਵਾਰ ਨੇ ਡਾਕਟਰ ਗਾਂਧੀ ਕੀ ਉੱਥੇ ਪਹੁੰਚਣਗੇ? ਇਹ ਸਾਰਾ ਜਿਹੜਾ ਨਿਚੋੜ ਹੈ ਅਸੀਂ ਬੋਲਦਾ ਪੰਜਾਬ ਦੇ ਵਿੱਚ ਜਿਹੜਾ ਕੱਢਿਆ ਤੇ ਹੋਰ ਅਪਡੇਟ ਦੇਖਣ ਦੇ ਲਈ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਜੁੜੋ। ਮੈਨੂੰ ਤੇ ਮੇਰੇ ਸਹਿਯੋਗੀ ਦੀ ਇਜਾਜ਼ਤ। ਧੰਨਵਾਦ।